ਤਿੰਨ ਚਾਰ ਤਰ੍ਹਾਂ ਦੇ ਫਰੂਟ ਹੈਗੇ ਆ ਤੇ ਬਾਕੀ ਪੰਜ ਛੇ ਤਰ੍ਹਾਂ ਦੀਆਂ ਸਬਜ਼ੀਆਂ ਤੇ ਹੋਰ ਵੀ ਕਈ ਤਰ੍ਹਾਂ ਦੇ ਜੋ ਆਪਣੇ ਡੇਲੀ ਯੂਜ਼ ਘਰੇ ਵਰਤਣ ਵਾਲੀਆਂ ਚੀਜ਼ਾਂ ਹੈਗੀਆਂ ਅਸ਼ਕਰਾ ਸਾਹਿਬ ਤੁਸੀਂ ਪੰਜਾਬ ਪੁਲਿਸ ਦੇ ਵੀ ਸੇਵਾਵਾਂ ਅਨੁਭਾਰਿਓ ਮੈਂ ਜਾਣਨਾ ਚਾਹਾਂਗਾ ਕਿ ਇੱਥੇ ਹੀ ਸਵੇਲੇ ਸੇਵਾਵਾਂ ਅਨੁਭਾਰਿਓ ਤੁਸੀਂ ਪੰਜ ਮੈਂ ਤਕਰੀਬਨ ਪਿਛਲੇ 16 ਸਾਲ ਤੋਂ ਪੰਜਾਬ ਪੁਲਿਸ ਦੀ ਸੇਵਨ ਕਰ ਰਿਹਾ ਹਾਂ। ਕੀ ਇਸੀ ਚੀਜ਼ ਨੂੰ ਫਸਲ 'ਚ ਪਾ ਕੇ ਫਸਲ ਤਿਆਰ ਕਰਦੇ ਹਾਂ। ਤੇ ਮੈਂ ਹਾਂ ਪੁਲਕਿਤ ਕੁਮਾਰ ਪੰਜਾਬ ਪੁਲਿਸ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦੀ ਆ ਪਰੰਤੂ ਅੱਜ ਇੱਕ ਪੰਜਾਬ ਪੁਲਿਸ ਦੇ ਇਹੋ ਜਿਹੇ ਨੌਜਵਾਨ ਨਾਲ ਤੁਹਾਨੂੰ ਮਿਲਾਨੇ ਜਾ ਰਹੇ ਆ ਜਿਹੜਾ ਕਿ ਜੈਵਿਕ ਤਰੀਕੇ ਦੇ ਨਾਲ ਖੇਤੀ ਕਰਦਾ ਤਾਂ ਇੱਕ ਰੂਪਨਗਰ ਦੇ ਖਾਸਪੁਰਾ ਪਿੰਡ ਦੇ ਵਿੱਚ ਮੌਜੂਦ ਆ ਸੁਖਵਿੰਦਰ ਸਿੰਘ ਖੈਰਾਨੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਫੁਲਕਤ ਜੀ ਕੀ ਹਾਲ ਹੈ ਬਾਈ ਜੀ ਬਹੁਤ ਵਧੀਆ ਜੀ ਤੁਸੀਂ ਸੁਣਾਓ ਹਾਂ ਅੱਛਾ ਸੁਣਿਆ ਕਿ ਆਰਗੇਨਿਕ ਤਰੀਕੇ ਦੇ ਨਾਲ ਖੇਤੀ ਕਰ ਰਹੇ ਹੋ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹਾਂਗਾ ਕੀ ਕੀ ਜਿਹੜਾ ਹੈਗਾ ਤੁਸੀਂ ਇੱਥੇ ਆਰਗੇਨਿਕ ਤਰੀਕੇ ਨਾਲ ਖੇਤੀ ਲਿਯੋਗਾ ਰਹੇ ਹਾਂ ਦੇਖੋ ਫੁਲਕਤ ਜੀ ਇੱਥੇ ਮੈਂ ਆਪਣੇ ਇਸ ਮਿੰਨੀ ਬਗੀਚੀ ਵਿੱਚ ਤਿੰਨ ਚਾਰ ਤਰ੍ਹਾਂ ਦੇ ਫਰੂਟ ਹੈਗੇ ਆ ਤੇ ਬਾਕੀ ਪੰਜ ਛੇ ਤਰ੍ਹਾਂ ਦੀਆਂ ਸਬਜ਼ੀਆਂ ਤੇ ਹੋਰ ਵੀ ਕਈ ਤਰ੍ਹਾਂ ਦੇ ਜੋ ਆਪਣੇ ਡੇਲੀ ਯੂਜ਼ ਘਰੇ ਵਰਤਣ ਵਾਲੀਆਂ ਚੀਜ਼ਾਂ ਹੈਗੀਆਂ ਉਹ ਸਭ ਇੱਥੇ ਮੈਂ ਪੈਦਾ ਕਰਦਾ ਖੈਰਾ ਸਾਹਿਬ ਚਲਦੇ ਚਲਦੇ ਗੱਲ ਕਰਾਂਗੇ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਕੈਮਰਾ ਘੁਮਾ ਦੇਣ ਕਿ ਜਿਹੜੀ ਜੈਵਿਕ ਤਰੀਕੇ ਨਾਲ ਦੇਖ ਸਕਦੇ ਹੋ ਕਿ ਖਾਦ ਵੀ ਇੱਥੇ ਪਈ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹਾਂਗਾ ਇਹ ਜਿਹੜਾ ਪਹਿਲਾ ਹੈਗਾ ਇਹ ਕੀ ਚੀਜ਼ ਹੈਗੀ ਹੈ ਇਹ ਇਹ ਫੁਲਕੇ ਜੀ ਹੈਗਾ ਲੈਮਨ ਗ੍ਰਾਸ ਇਹਨੂੰ ਆਪਾਂ ਲੈਮਨ ਗ੍ਰਾਸ ਬੋਲਦੇ ਆਂ ਇਹ ਆਮ ਕਰਕੇ ਆਪਣੇ ਪੰਜਾਬ ਵਿੱਚ ਬਹੁਤ ਘੱਟ ਲੋਕਾਂ ਨੂੰ ਇਹ ਚੀਜ਼ ਦਾ ਪਤਾ ਹੈਗਾ ਕਿ ਇਹ ਚੀਜ਼ ਕੀ ਹੈ ਤੇ ਇਸ ਦੀ ਕਿਵੇਂ ਵਰਤੋਂ ਕਰਨੀ ਤੇ ਆਪਾਂ ਨੂੰ ਇਸ ਚੀਜ਼ ਦੇ ਕੀ ਬੈਨੀਫਿਟ ਹੈ ਮੈਂ ਕੈਮਰਾਮੈਨ ਨੂੰ ਕਹਿਣਾ ਚਾਹੁੰਦਾ ਇਹ ਜਰਾ ਦਿਖਾਉਣ ਇਹਦੇ ਬਾਰੇ ਇਹ ਹੈਗਾ ਜੀ ਲੈਮਨ ਗ੍ਰਾਸ ਇਹ ਚੀਜ਼ ਨੂੰ ਆਪਾਂ ਜਦੋਂ ਵੀ ਚਾਹ ਬਣਾਉਂਦੇ ਆਂ ਜਿਵੇਂ ਸਵੇਰੇ ਦੁਪਹਿਰੇ ਸ਼ਾਮ ਤਿੰਨ ਚਾਰ ਵਾਰ ਆਪਾਂ ਜਦੋਂ ਵੀ ਚਾਹ ਪੀਂਦੇ ਇਹਨੂੰ ਚਾਹ ਦੇ ਪਾਣੀ ਵਿੱਚ ਪਾ ਕੇ ਉਬਾਲ ਕੇ ਜਿਹਦੀ ਚਾਹ ਤਿਆਰ ਕੀਤੀ ਜਾਵੇ ਤਾਂ ਤੁਸੀਂ ਮੈਂ ਗਿਣਾ ਨਹੀਂ ਸਕਦਾ ਕਿ ਕਿੰਨੇ ਜ਼ਿਆਦਾ ਚੀਜ਼ ਦੇ ਫਾਇਦੇ ਨੇ ਇਹਦੇ ਬਹੁਤ ਜ਼ਿਆਦਾ ਫਾਇਦੇ ਨੇ ਤੇ ਚਾਹ ਦਾ ਟੇਸਟ ਬਾਕੀ ਐਸਿਡਿਟੀ ਦੇ ਮਰੀਜ਼ ਜੋ ਵੀ ਹੈਗੇ ਮਤਲਬ ਬਹੁਤ ਹੀ ਜ਼ਿਆਦਾ ਉਹਨਾਂ ਵਾਸਤੇ ਇਹ ਗੁਣਕਾਰੀ ਹੈਗਾ ਤੇ ਬਹੁਤ ਹੀ ਜ਼ਿਆਦਾ ਚੀਜ਼ ਦਾ ਫਾਇਦਾ ਤੇ ਟੇਸਟ ਹੈਗਾ ਤੇ ਇਹ ਚੀਜ਼ ਨੂੰ ਆਪਾਂ ਨੂੰ ਵਰਤਣੇ ਚਾਹੀਦਾ ਹੈ ਅੱਛਾ ਅੱਗੇ ਚੱਲਦੇ ਆ ਕੈਮਰਾਮੈਨ ਨੂੰ ਕਹੂੰਗਾ ਤੁਸੀਂ ਸਾਹਮਣੇ ਆ ਜਾਓ ਇੱਕ ਵਾਰੀ ਦਿਖਾ ਦਿਓ ਕਿ ਆ ਆਮ ਤੌਰ ਤੇ ਜਿਹੜੀ ਅੱਜ ਕੱਲ ਦੀ ਫਸਲ ਹੈ ਕਿਤੇ ਨਾ ਕਿਤੇ ਸਾਇੰਟਿਫਿਕ ਤਰੀਕੇ ਨਾਲ ਉਗਾਈ ਜਾਂਦੀ ਹੈ ਪਰੰਤੂ ਸੁਖਵਿੰਦਰ ਸਿੰਘ ਖੈਰਾ ਨੇ ਉਹਨਾਂ ਵੱਲੋਂ ਜਿਹੜੀ ਹੈਗੀ ਆ ਇੱਕ ਆਰਗੈਨਿਕ ਤਰੀਕੇ ਦੇ ਨਾਲ ਖਾਦ ਖੈਰਾ ਸਾਹਿਬ ਮੈਂ ਜਾਨਣਾ ਚਾਹਾਂਗਾ ਇਹ ਖਾਦ ਤੁਸੀਂ ਇੱਥੇ ਕਿਸ ਚੀਜ਼ ਲਈ ਰੱਖੀ ਹੋਈ ਹੈ ਇਹ ਸਾਡੀ ਬਿਲਕੁਲ ਦੇਸੀ ਰਹੇਗਾ ਜੀ ਅਸੀਂ ਏਸੀ ਚੀਜ਼ ਨੂੰ ਫਸਲ ਚ ਪਾ ਕੇ ਫਸਲ ਤਿਆਰ ਕਰਦੇ ਆ ਤੇ ਅਸੀਂ ਕੋਈ ਵੀ ਰਸਾਇਣਿਕ ਖਾਦ ਯੂਰੀਆ ਡਾਇਆ ਜਾਂ ਕੋਈ ਹੋਰ ਕਿਸੇ ਕਿਸਮ ਦੀ ਮਤਲਬ ਕੈਮੀਕਲ ਕੋਈ ਆਪਣੀ ਸਬਜ਼ੀਆਂ ਚ ਇਹਨਾਂ ਚ ਨਹੀਂ ਅਸੀਂ ਚੂਜ਼ ਕਰਦੇ ਫਸਲ ਚ ਤੇ ਸਿਰਫ ਆ ਤੁਸੀਂ ਦੇਖ ਸਕਦੇ ਦੇਸੀ ਰਹੇ ਹੀ ਪਾ ਕੇ ਮੈਂ ਤਿਆਰ ਕਰਦਾ ਕੋਈ ਕਿਸੇ ਕਿਸਮ ਦੀ ਕੋਈ ਕੀਟਨਾਸ਼ਕ ਕੋਈ ਸਪਰੇ ਜਾਂ ਕੋਈ ਹੋਰ ਕਿਸੇ ਚੀਜ਼ ਦੀ ਵਰਤੋਂ ਨਹੀਂ ਕਰਦੇ ਅੱਛਾ ਘੈਰਾ ਸਾਹਿਬ ਇੱਧਰ ਇਹ ਕਾ ਚੀਜ਼ ਮੌਜੂਦ ਹੈਗੀ ਆ ਕਿਉਂਕਿ ਅੱਜ ਕੱਲ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਕਿਤੇ ਨਾ ਕਿਤੇ ਇਸ ਚੀਜ਼ਾਂ ਤੋਂ ਦੂਰ ਹੁੰਦੀ ਜਾ ਰਹੀ ਹੈ ਕਿਹ ਚੀਜ਼ ਹੈਗੀ ਇੱਥੇ ਇਹ ਆਪਣੀ ਹਰੀ ਮਿਰਚ ਹੈਗੀ ਆ ਜੀ ਤੇ ਨਾਲ ਇੱਧਰ ਤੁਸੀਂ ਮੈਂ ਇੱਧਰੋਂ ਸ਼ੁਰੂ ਕਰਨਾ ਚਾਹੁੰਦਾ ਤੁਹਾਨੂੰ ਦਿਖਾਏ ਵੀ ਅਸੀਂ ਆ ਦੋ ਬੇਲਾਂ ਲਾਈਆਂ ਹੋਈਆਂ ਹੈਗੀਆਂ ਇੱਕ ਤਾਂ ਦੇਖ ਸਕਦੇ ਤੁਸੀਂ ਅੰਗੂਰਾਂ ਦੀ ਬੇਲ ਹੈਗੀ ਆ ਆਪਣੇ ਨੋਰਮਲ ਅੰਗੂਰ ਆ ਤੇ ਉੱਧਰ ਦੂਜੀ ਹੈਗੀ ਉਹ ਬਲੈਕ ਕਲਰ ਦੇ ਅੰਗੂਰ ਲੱਗੇ ਹੋਏ ਤੇ ਹੌਲੀ ਹੌਲੀ ਹੋਰ ਤੁਹਾਡੇ ਟਾਈਮ 'ਚ ਆਪਣੇ ਖਾਣ ਵਾਸਤੇ ਤਿਆਰ ਹੋ ਜਾਣੇ ਤੇ ਇਸ ਇਸ ਸਾਈਡ ਕਿਹੜੀ ਚੀਜ਼ ਹੈਗੀ ਆ ਇਸ ਵਿੱਚ ਆਹ ਆਪਣੇ ਆ ਤਾਂ ਹਰੀ ਮਿਰਚ ਆ ਦੇਖੀ ਆ ਕद्दू ਦੇ ਹੈਗੇ ਤੁਸੀਂ ਆ ਦੇਖ ਸਕਦੇ ਆ ਆ ਦੇਖੋ ਇਹ ਹੁਣ ਫਲ ਲੱਗਣਾ ਤਿਆਰ ਸ਼ੁਰੂ ਹੋ ਗਿਆ ਤੇ ਥੋੜੇ ਦਿਨਾਂ 'ਚ ਇਹ ਆਪਣੇ ਵਰਤੋਂ ਵਾਸਤੇ ਤਿਆਰ ਹੋ ਜਾਣਾਂ ਤੇ ਇੱਧਰ ਆਜੋ ਅੱਗੇ ਆ ਬੈਂਗਣੀ ਦੇ ਬੂਟੇ ਹੈਗੇ ਆ ਤੁਸੀਂ ਦੇਖ ਸਕਦੇ ਇਹਨਾਂ ਨੂੰ ਵੀ ਫਲ ਲੱਗਣਾ ਸ਼ੁਰੂ ਹੋ ਗਿਆ ਤੇ ਅੱਛਾ ਖੈਰਾ ਸਾਹਿਬ ਤੁਸੀਂ ਪੰਜਾਬ ਪੁਲਿਸ ਦੇ ਵੀ ਸੇਵਾਵਾਂ ਨਿਭਾ ਰਹੇ ਹੋ ਮੈਂ ਜਾਣਨਾ ਚਾਹਾਂਗਾ ਕਿ ਇੱਥੇ ਹੀ ਸਵੇਲੇ ਸੇਵਾਵਾਂ ਨਿਭਾ ਰਹੇ ਹੋ ਤੁਸੀਂ ਹਾਂਜੀ ਮੈਂ ਤਕਰੀਬਨ ਪਿਛਲੇ 16 ਸਾਲ ਤੋਂ ਪੰਜਾਬ ਪੁਲਿਸ ਦੀ ਸੇਵਾ ਨਿਭਾ ਰਿਹਾ ਤੇ ਮੈਂ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਅਕਬਾਲ ਸਿੰਘ ਲਾਲਪੁਰਾ ਜੀ ਉਹਨਾਂ ਨਾਲ ਬਤੌਰ ਪੀਐਸਓ ਡਿਊਟੀ ਕਰਦਾ ਹੈ ਅੱਛਾ ਡਿਊਟੀ ਪੰਜਾਬ ਦੇ ਵਿੱਚ ਹੀ ਹੈ ਜਾਂ ਬਾਹਰਲੇ ਸੂਬੇ ਦੇ ਵਿੱਚ ਕਰ ਰਹੇ ਹੋ ਡਿਊਟੀ ਤੁਸੀਂ ਡਿਊਟੀ ਤਾਂ ਤਕਰੀਬਨ ਸਾਹਿਬ ਦਾ ਆਫਿਸ ਦਿੱਲੀ ਹੈਗਾ ਅਸੀਂ ਦਿੱਲੀ ਜਾਂਦੇ ਹਾਂ ਤੇ ਇੱਥੇ ਪੰਜਾਬ 'ਚ ਵੀ ਡਿਊਟੀ ਕਰਦੇ ਹਾਂ ਸਾਹਿਬ ਜਦੋਂ ਇੱਥੇ ਟੂਰ ਤੇ ਆਉਂਦੇ ਆ ਤੇ ਚੱਲਦਾ ਰਹਿੰਦਾ ਜੀ ਮੈਂ ਤਾਂ ਡਿਊਟੀ ਦਾ ਅੱਛਾ ਜੇ ਮੈਂ ਗੱਲ ਕਰਾਂ ਤਾਂ ਪੁੱਤਾ ਵਾਂਗੂ ਫਸਲ ਪਾਲਦੇ ਹੋਂ ਕਿਉਂਕਿ ਕਿਸਾਨੀ ਪਹਿਲੇ ਹੀ ਬੜਾ ਬੋਹੀ ਕੋਈ ਜਿਹੜਾ ਫਾਇਦੇਮੰਦ ਜਿਹੜਾ ਕੀਤਾ ਨਹੀਂ ਰਿਹਾ ਪੁੱਤਾ ਵਾਂਗੂ ਫਸਲ ਪਾਲਦੇ ਹੋ ਜਦੋਂ ਤੁਸੀਂ ਡਿਊਟੀ ਲਈ ਬਾਹਰ ਜਾਂਦੇ ਹੋ ਹੋਰ ਸੂਬੇ ਦੇ ਵਿੱਚ ਜਾਂਦੇ ਤਾਂ ਉਸ ਵੇਲੇ ਕੌਣ ਦੇਖਭਾਲ ਕਰਦਾ ਤੁਹਾਡੀ ਫਸਲ ਦੀ ਸਾਰੀ ਹਾਂਜੀ ਇਹ ਤੁਸੀਂ ਬਿਲਕੁਲ ਵਧੀਆ ਤੇ ਬਾਜੂ ਸਵਾਲ ਪੁੱਛਿਆ ਹੈਗਾ ਮੇਰੇ ਡਿਊਟੀ ਜਦੋਂ ਮੈਂ ਜਾਂਦਾ ਤਾਂ ਪਿੱਛੋਂ ਕਈ ਵਾਰ ਲੋਡ ਪੈਂਦੀ ਜਾਂ ਪਾਣੀ ਲਾਣਦੇ ਨੂੰ ਜਾਂ ਕੁਝ ਹੋਰ ਕਿਸੇ ਕਿਸਮ ਦੀ ਜੋ ਫਸਲ ਨੂੰ ਲੋਡ ਹੁੰਦੀ ਆ ਉਹ ਮੇਰੇ ਪਰਿਵਾਰਕ ਮੈਂਬਰ ਆ ਗਏ ਆ ਮਤਲਬ ਉਹ ਦੇਖ ਲੈਂਦੇ ਇਹਨੂੰ ਕਰ ਲੈਂਦੇ ਬਾਕੀ ਜਦੋਂ ਮੈਂ ਘਰੇ ਹੁੰਦਾ ਤਾਂ ਮੈਂ ਜ਼ਿਆਦਾ ਟਾਈਮ ਇੱਥੇ ਬਤਾਉਂਦਾ ਅੱਛਾ ਖੈਰਾ ਸਾਹਿਬ ਅੱਗੇ ਚੱਲਦੇ ਆ ਕੈਮਰਾਮੈਨ ਨੂੰ ਕਹੂੰਗਾ ਤੂੰ ਸਾਹਮਣੇ ਆ ਜਾਓ ਸਾਹਮਣੇ ਸਾਹਮਣੇ ਤੋਂ ਅਸੀਂ ਜਿਹੜਾ ਹੈਗਾ ਸਾਰੇ ਇੱਕ ਵਾਰੀ ਤੁਸੀਂ ਕੈਮਰਾ ਪੈਨ ਕਰ ਦਿਓ ਕੈਮਰਾ ਪੈਨ ਕਰਕੇ ਦਿਖਾ ਦਿਓ ਤੁਸੀਂ ਸਾਰਾ ਕੀ ਜੀ ਆਪਣੇ ਬਦੀਆ ਔਰਗੈਨਿਕ ਟਮਾਟਰ ਲੱਗੇ ਹੋਏ ਆ ਜੀ ਸਾਰੇ ਬੂਟੇ ਟਮਾਟਰਾਂ ਦੇ ਨੇ ਯਾਰ ਤੁਸੀਂ ਇਹ ਤੁਹਾਨੂੰ ਦੇਖਣਾ ਚਾਹੁੰਦਾ ਆ ਦੇਖੋ ਸ਼ਿਮਲਾ ਮਿਰਚ ਲੱਗੀ ਹੋਈ ਹੈ ਦੇਖੋ ਜਰਾ ਆ ਕੇ ਨਿਗਾਹ ਮਾਰੋ ਇਸ ਚੀਜ਼ ਤੇ ਦੇਖ ਇਹ ਸ਼ਿਮਲਾ ਮਿਰਚ ਦੇ ਬੂਟੇ ਹੈਗੇ ਆ ਇਹਨਾਂ ਨਾਲ ਮਿਰਚ ਤਿਆਰ ਹੋਣ ਵਾਸਤੇ ਬੂਟੇ ਦਾ ਜੋ ਹੈ ਉਹ ਹੈ ਪਰ ਮੇਨ ਗੱਲ ਇਹ ਹੈ ਕਿ ਇਹ ਸਾਰੇ ਆਰਗੈਨਿਕ ਤਰੀਕੇ ਨਾਲ ਤਿਆਰ ਕੀਤੀ ਜਾਂਦੀ ਹੈ ਮੇਨ ਗੱਲ ਇਹ ਵੀ ਅਤੇ ਇਹਦੇ ਵਿੱਚ ਐਵੇਂ ਨਹੀਂ ਕੋਈ ਕੋਈ ਸਪਰੇਅ ਜਾਂ ਕੁਝ ਨਹੀਂ ਯੂਜ਼ ਕਰਦੇ ਸਿਰਫ ਆਰਗੇਨਿਕ ਤਰੀਕੇ ਨਾਲ ਅਸੀਂ ਇਹਨੂੰ ਤਿਆਰ ਕਰਦੇ ਆਂ ਅੱਛਾ ਅੱਗੇ ਚੱਲਦੇ ਆਂ ਹੋਰ ਕਿਹੜੀ ਕਿਹੜੀ ਤੁਸੀਂ ਫਿਊਚਰ ਦੇ ਵੀ ਸੋਚ ਰਹੇ ਹੋ ਕਿ ਇਹੇ ਚੀਜ਼ਾਂ ਤੁਹਾਡੇ ਵੱਲ ਹੋਰ ਇੱਥੇ ਜਿਹੜੀ ਬਿਜਾਈ ਕੀਤੀ ਜਾਣੀ ਆ ਤਾਂ ਦੇਖੋ ਇੱਕ ਤਾਂ ਅਤ ਵਿੱਚ ਦੇਖ ਸਕਦੇ ਹੋ ਚਕੰਦਰ ਲੱਗਿਆ ਹੋਇਆ ਹੈ ਇਹ ਤਕਰੀਬਨ ਅਸੀਂ 3-4 ਮਹੀਨੇ ਤੋਂ ਪਿੱਛੇ ਹੋ ਗਏ ਸਾਨੂੰ ਚੂਜ਼ ਕਰਦੇ ਆ ਇਹਨੂੰ ਹਜੇ ਤੱਕ ਅਸੀਂ ਇਹਨੂੰ ਵਰਤ ਰਹੇ ਆ ਤੇ ਇਧਰ ਆ ਭਿੰਡੀ ਹੈਗੀ ਆ ਭਿੰਡੀ ਵੀ ਤਿਆਰ ਹੈ ਜੀ ਤੇ ਮੇਰਾ ਜੋ ਤੁਸੀਂ ਕਹਿੰਦੇ ਕਿ ਕੀ ਅੱਗੇ ਨੂੰ ਕੀ ਪਲਾਨ ਹੈਗਾ ਮੇਰਾ ਪਲਾਨ ਇਹੀ ਹੈ ਕਿ ਜੋ ਅਸੀਂ ਸਵੇਰ ਤੋਂ ਲੈ ਕੇ ਰਾਤ ਸੌਣ ਤੱਕ ਜੋ ਵੀ ਡੇਲੀ ਪੂਰੇ ਦਿਨ ਚ ਜੋ ਚੀਜ਼ ਵਰਤਉਂ ਚ ਅਪਾ ਲਿਆਉਨੇ ਆ ਖਾਣ ਪੀਣ ਦੇ ਲਈ ਵੀ ਉਹ ਸਾਰੀ ਚੀਜ਼ ਮੇਰੀ ਆਪਣੀ ਹੋਵੇ ਮੇਰੀ ਆਪਣੀ ਤਿਆਰ ਕੀਤੀ ਹੋਵੇ ਠੀਕ ਹੈ ਤੇ ਇਹ ਮੇਰਾ ਪਲਾਨ ਹੈਗਾ ਤੁਸੀਂ ਦੇਖ ਰਹੇ ਆਹ ਜਗਾ ਇੱਧਰ ਉਹਨੇ ਇੱਥੋਂ ਹਲਦੀ ਪੱਟ ਕੇ ਹਟਿਆ ਤੇ ਇੱਧਰੋਂ ਪੱਟੀ ਆ ਇੱਧਰ ਦੁਬਾਰਾ ਬੀਜਤੀ ਆ ਤਕਰੀਬਨ 13-14 ਕਿਲੋ ਇਹਦੇ ਚੋਂ ਹਲਦੀ ਨਿਕਲੀ ਆ ਜਿਹੜੀ ਸੀ ਪਿਆਹਾ ਕੇ ਰੱਖ ਲਈ ਆ ਤੇ ਹੁਣ ਤਕਰੀਬਨ ਸਾਲ ਡੇਢ ਸਾਲ ਉਹ ਸਾਡੀ ਚੱਲਣੀ ਆ ਅੱਛਾ ਸੁਖਵਿੰਦਰ ਜੀ ਆਖਰੀ ਸਵਾਲ ਲਵਾਂਗਾ ਤੁਹਾਡੇ ਤੋਂ ਜਿਹੜੇ ਪੁਰਾਣੇ ਬਜ਼ੁਰਗ ਸੀਗੇ ਕਿਤੇ ਨਾ ਕਿਤੇ ਚੰਗੀਆਂ ਖੁਰਾਕਾਂ ਕਰਕੇ ਜਿਹੜੇ ਜਾਣੇ ਜਾਂਦੇ ਸੀਗੇ ਐ ਸੋ 102 ਸਾਲ ਦੇ ਬਜ਼ੁਰਗ ਵੀ ਜਿਹੜੇ ਹੁਣ ਤੱਕ ਸਮਾਂ ਕੱਢ ਰਹੇ ਨੇ ਜੇ ਗੱਲ ਕਰੀਏ ਤਾਂ ਹੁਣ ਦੀ ਜਿਹੜੀ ਪੀੜ੍ਹੀ ਆ ਕਿਤੇ ਨਾ ਕਿਤੇ ਗੰਭੀਰ ਬਿਮਾਰੀਆਂ ਨਾਲ ਗ੍ਰਸਤ ਹੈ ਕਿਤੇ ਦਿਲ ਦੇ ਦਿਲ ਦੇ ਰੋਗ ਹੋਣ ਤੇ ਕਈ ਹੁਣ ਦੇਖਣ ਨੂੰ ਆ ਗਈ ਨਿਗਾ ਵੀ ਜਿਹੜੀ ਘਟ ਜਾਂਦੀ ਹੈ ਕਿ ਮੰਨਦੇ ਹਾਂ ਕਿ ਕਿਤੇ ਨਾ ਕਿਤੇ ਜਿਹੜੀ ਦੁਆਰਾ ਫੇਰ ਆਰਗੇਨਿਕ ਤਰੀਕੇ ਨਾਲ ਖੇਤੀ ਕਿਤੇ ਨਾ ਕਿਤੇ ਦੁਆਰਾ ਫੇਰ ਜਿਹੜੀ ਲੀ ਦੇ ਉੱਤੇ ਆਣੀ ਚਾਹੀਦੀ ਹੈ ਹਾਂਜੀ ਬਿਲਕੁਲ ਇਹ ਜਿਹੜੇ ਅੱਜਕੱਲ ਜੋ ਬਿਮਾਰੀਆਂ ਵੱਧ ਰਹੀਆਂ ਨੇ ਜਿਵੇਂ ਤੁਸੀਂ ਗੱਲ ਕੀਤੀ ਕਿ ਦਿਲ ਦੇ ਪ੍ਰੋਬਲਮਾਂ ਨੇ ਹੋਰ ਅੱਖਾਂ ਦੇ ਮਤਲਬ ਜੋ ਵੀ ਇਨਸਾਨ ਨੂੰ ਅੱਜਕੱਲ ਜ਼ਿਆਦਾ ਭਿਆਨਕ ਬਿਮਾਰੀਆਂ ਜੋ ਇਨਸਾਨ ਨੂੰ ਲੱਗ ਰਹੀਆਂ ਉਹਨਾਂ ਦਾ ਮੇਨ ਕਾਰਨ ਇਹ ਹੈ ਕਿ ਖਾਣ ਪੀਣ ਆਪਣਾ ਖਾਣ ਪੀਣ ਦੁਸ਼ਤ ਹੋ ਚੱਕਾ ਜੀ ਪੰਜਾਬ ਦਾ ਪਾਣੀ ਦੂਸਤ ਹੋ ਚੁੱਕਿਆ ਤੇ ਜੋ ਵੀ ਸਬਜ਼ੀਆਂ ਸਬਜ਼ੀਆਂ ਆਪਾਂ ਖਰੀਦਦੇ ਆ ਉਹ ਸਾਰੀਆਂ ਜ਼ਹਿਰੀਲੀਆਂ ਸਪਰੇਹਾਂ ਨਾਲ ਤੇ ਹੋਰ ਮਾਰੂ ਜਿਹੜੇ ਹੈਗੇ ਕੈਮੀਕਲ ਉਹਨਾਂ ਨਾਲ ਤਿਆਰ ਕੀਤੀ ਜਾਂਦੀਆਂ ਤੇ ਸਾਨੂੰ ਚਾਹੀਦਾ ਵੀ ਅਸੀਂ ਆਪਣੇ ਖਾਣਯੋਗ ਜੋ ਵੀ ਸਬਜ਼ੀਆਂ ਜੋ ਵੀ ਯੂਜ਼ ਕਰਨੀਆਂ ਅਸੀਂ ਉਹ ਆਪਾਂ ਆਪਣੇ ਆਪ ਤਿਆਰ ਕਰੀਏ ਤੇ ਆਰਗੈਨਿਕ ਤਰੀਕੇ ਨਾਲ ਤਿਆਰ ਕਰੀਏ ਫਸਲ ਘੱਟ ਹੋ ਜੇ ਪਰ ਹੋਵੇ ਬਿਲਕੁਲ ਪਿਓਰ ਉਹਦੇ ਵਿੱਚ ਕੋਈ ਖਾਦ ਜਾਂ ਕੋਈ ਕੈਮੀਕਲ ਨਾ ਹੋਵੇ ਤਾਂ ਹੀ ਅਸੀਂ ਇੱਕ ਵਧੀਆ ਤੰਦਰੁਸਤ ਜੀਵਨ ਜੀ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਠੀਕ ਹੈ ਜੀ ਤੁਹਾਡਾ ਵੀ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਹਨ ਪੰਜਾਬ ਪੁਲਿਸ ਦੇ ਨੌਜਵਾਨ ਸੁਖਵਿੰਦਰ ਸਿੰਘ ਖੈਰਾ ਕਿਤੇ ਨਾ ਕਿਤੇ ਆਰਗੇਨਿਕ ਜਿਹੜੀ ਖੇਤੀ ਨੂੰ ਜਿਹੜਾ ਵਾਅਦਾ ਵੀ ਦੇ ਰਹੇ ਨੇ ਵਧਾਵਾ ਵੀ ਦੇ ਰਹੇ ਨੇ ਦੂਜੇ ਪਾਸੇ ਕਿਉਂਕਿ ਪੰਜਾਬ ਪੁਲਿਸ ਜਿਹੜੀ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦੀ ਆ ਪਰੰਤੂ ਪੰਜਾਬ ਪੁਲਿਸ ਦਾ ਨਾਮ ਵੀ ਕਿਤੇ ਨਾ ਕਿਤੇ ਰੋਸ਼ਨ ਕਰ ਰਹੇ ਨੇ ਦੂਜੇ ਪਾਸੇ ਗੱਲ ਕਰੀਏ ਤਾਂ ਇਹਨਾਂ ਦਾ ਸਾਫ਼ ਤੌਰ ਤੇ ਕਹਿਣਾ ਕਿ ਜੇਕਰ ਅੱਜ ਕੱਲ ਦੀ ਪੀੜ੍ਹੀ ਨੂੰ ਗੰਭੀਰ ਬਿਮਾਰੀਆਂ ਤੋਂ ਬਚਣਾ ਤਾਂ ਆਰਗੇਨਿਕ ਜਿਹੜੀ ਫਾਰਮਿੰਗ ਆ ਉਸ ਨੂੰ ਵਧਾਵਾ ਦੇਣ ਸੋ ਦੇਖਣ ਵਾਲੀ ਗੱਲ ਹੋਵੇ ਕਿ ਸੁਖਵਿੰਦਰ ਸਿੰਘ ਖੈਰਾ ਦੇ ਕਦਮ ਦੇ ਨਾਲ ਕਿੰਨਾ ਕਿ ਇਹਨਾਂ ਨੂੰ ਫਾਇਦਾ ਹੁੰਦਾ ਜਾਂ ਫਿਰ ਇੱਕ ਵਾਰੀ ਫੇਰ ਜਿਹੜਾ ਹੈਗਾ ਕਿਉਂਕਿ ਕਿਸਾਨੀ ਜਿਹੜਾ ਕਿਤੇ ਨਾ ਕਿਤੇ ਕੋਈ ਫਾਇਦੇਮੰਦ ਕਿਤਾ ਨਹੀਂ ਹੈਗਾ ਪਰੰਤੂ ਸੁਖਵਿੰਦਰ ਸਿੰਘ ਖੈਰਾ ਆਪਣੇ ਵੱਲੋਂ ਇੱਕ ਵਧੀਆ ਪ੍ਰਯਾਸ ਕਰ ਰਹੇ ਨੇ ਅਨਮਿਊਟ ਚੈਨਲ ਵੀ ਆਪਣੇ ਦਰਸ਼ਕਾਂ ਨੂੰ ਜਿਹੜਾ ਅਪੀਲ ਕਰਨਾ ਚਾਹੁੰਦਾ ਕਿ ਇਹੋ ਜਿਹੜੇ ਕਿਸਾਨ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਵਧਾਵਾ ਦੇਣਾ ਚਾਹੀਦਾ ਕਿਉਂਕਿ ਇਹੀ ਕਿਸਾਨ ਨੇ ਜਿਨ੍ਹਾਂ ਕਰਕੇ ਪੰਜਾਬ ਇੱਕ ਸੋਨੇ ਦੀ ਚੀੜੀ ਬਣ ਸਕਦਾ ਰੂਪਨਗਰ ਤੋਂ ਦਾਨ ਮਿਓਰ ਚੈਨਲ ਲਈ ਪੁਲਕਿਤ ਕੁਮਾਰ ਦੀ ਵਿਸ਼ੇਸ਼ ਰਿਪੋਰਟ